ਮੋ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਬਹੁਤ ਹੀ ਖਾਸ ਅਤੇ ਮਹੱਤਵਪੂਰਨ ਵਿਸ਼ਾ ਜਿਹਦੇ ਉੱਪਰ ਅਸੀਂ ਗੱਲ ਕਰਾਂਗੇ ਸਾਡੇ ਨਾਲ ਤੀਰਤ ਸਿੰਘ ਪਿਨਾਕਲ ਮੌਜੂਦ ਨੇ ਜਿਹੜੇ ਕਿ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰਿਜ਼ੈਂਟ ਕਰਦੇ ਨੇ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸੋ ਤੀਰਤ ਜੀ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਨੇ ਔਰ ਬਹੁਤ ਸਾਰੇ ਫਸਟ ਟਾਈਮ ਜਿਹੜੇ ਸਟੂਡੈਂਟ ਅਟੈਂਪਟ ਕਰਦੇ ਨੇ ਪਹਿਲੀ ਵਾਰ ਚੀ ਤੀਰਜੀ ਦੇ ਜ਼ਰੀਏ ਉਹ ਵੀਜ਼ਾ ਹਾਸਲ ਕਰ ਜਾਂਦੇ ਨੇ ਸੋ ਇਹ ਤੀਰਜੀ ਦੀ ਥੋੜੀ ਜੀ ਇੰਟਰੋਡਕਸ਼ਨ ਹੈ ਜੀ ਦੀ ਹਾਲਾਂਕਿ ਜ਼ਰੂਰਤ ਨਹੀਂ ਸੀ ਪਰ ਵਿਸ਼ਾ ਬਹੁਤ ਮਹੱਤਵਪੂਰਨ ਹੈ ਤੀਰਜੀ ਜਨਵਰੀ 1 ਜਨਵਰੀ 23 ਤੋਂ ਬਾਅਦ ਕੈਨੇਡਾ ਦੇ ਵਿੱਚ ਨੌਨ ਐਸਜੀਐਸ ਸਟੂਡੈਂਟਸ ਔਰ ਪੀਟੀ ਵਾਲੇ ਸਟੂਡੈਂਟਸ ਦਾ ਭਵਿੱਖ ਤੁਸੀਂ ਕਦੋਂ ਦੇਖਦੇ ਹੋ ਮੈਂ ਗੱਲ ਇਸ ਕਰਕੇ ਕਰ ਰਿਹਾ ਕਿ ਆਸਟ੍ਰੇਲੀਆ ਵੀ ਕਹਿੰਦੇ ਬਹੁਤ ਤੇਜ਼ੀ ਦੇ ਨਾਲ ਓਪਨ ਹੋ ਰਿਹਾ ਔਰ ਯੂਕੇ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਾਡੇ ਸਟੂਡੈਂਟ ਅਪਲਾਈ ਕਰ ਰਹੇ ਨੇ ਭਾਵੇਂ UK ਚ ਬਹੁਤ ਸਾਰੇ ਬਹੁਤ ਸਾਰੇ ਸਾਡੇ ਸਟੂਡੈਂਟ ਨੇ ਜਿਹੜੇ ਹਜੇ ਲਟਕੇ ਪਏ ਨੇ ਜਿਵੇਂ ਪਹਿਲਾਂ ਕੈਨੇਡਾ ਚ ਸੀ ਵੇਟਿੰਗ ਚ ਨੇ UK ਦੇ ਲਈ ਪਰ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਦੇ ਨੋਨ ਐਸਜੀਐਸ ਕੈਟਾਗਰੀ ਚ ਐਲੀਜੀਬਿਲਟੀ ਹੈ ਆਫੀਸ਼ੀਅਲ ਤੌਰ ਤੇ ਜਾਂ ਅਨਆਫੀਸ਼ੀਅਲ ਤੌਰ ਤੇ ਕੀ ਤੁਸੀਂ ਰეკਮੈਂਡ ਕਰਦੇ ਹੋ ਨੋਨ ਐਸਜੀਐਸ ਕੈਟਾਗਰੀ ਕੈਨੇਡਾ ਚ ਉਸੇ ਤਰ੍ਹਾਂ ਬਿਨਾ ਕਿਸੇ ਡਰ ਤੋਂ ਅਪਲਾਈ ਕਰੇ ਔਰ ਪੀਟੀ ਵਾਲੇ ਅਪਲਾਈ ਕਰਨ ਬਿਲਕੁਲ ਸਰ ਮੈਂ ਨਾ ਅੱਜ ਥੋੜੀ ਜਿਹੀ ਇੱਥੇ ਤੇ ਡੀਟੇਲਡ ਡਿਸਕਸ਼ਨ ਕਰੂੰਗਾ ਕਿਉਂਕਿ ਜਦੋਂ ਵੀ ਲਾਈਵ ਸ਼ੋਅ ਦੇ ਵਿੱਚ ਨਾ ਅਸੀਂ ਜੁੜਦੇ ਆਂ ਬੱਚਿਆਂ ਨੂੰ ਵੀ ਪਤਾ ਹੈ ਕਿ ਐਸੇ ਮੱਚਦੇ ਅਸੀਂ ਲਾਈਵ ਹੁੰਦੇ ਆਂ ਲਾਈਵ ਸਵਾਲ ਲੈਂਦੇ ਤੇ ਹਰ ਬੱਚੇ ਦੀ ਕਾਲ ਚੱਕੀਦੀ ਆ ਜਿਹੜਾ ਵੀ ਚਾਹੇ ਸਾਡੇ ਤੋਂ ਉਹਨੇ ਫਾਈਲ ਲਵਾਉਣੀ ਲਵਾਈ ਹੋਈ ਆ ਜਾਂ ਨਹੀਂ ਵੀ ਉਹਨੇ ਕੰਮ ਕਰਉਣਾ ਕੋਈ ਬੱਚੇ ਦਾ ਸਵਾਲ ਆ ਸੋ ਵੀ ਆਰ ਆਲਵੇਸ ਵੈਲਕਮ ਕਰਦੇ ਆਂ ਅਸੀਂ ਉਹਨਾਂ ਦੀ ਕਾਲ ਦਾ ਤੇ ਜਵਾਬ ਦਿੰਦੇ ਤੇ 50% ਜ਼ਿਆਦਾਤਰ ਬੱਚਿਆਂ ਦੇ ਸਵਾਲ ਨਾ ਕਰੇ ਹੁੰਦੇ ਆ ਨੋਨ ਐਸਡੀਐਸ ਕਿਉਂਕਿ ਯੈਸ ਨੋਨ ਐਸਡੀਐਸ 2022 ਦੇ ਵਿੱਚ ਨਾ ਖਰਾਬ ਹੋ ਇਹਦਾ ਮਤਲਬ ਇਹ ਹੀ ਨਹੀਂ ਕਿ ਨੋਨ ਐਸਡੀਐਸ ਫਾਈਲਸ ਲੱਗਾ ਨਾ ਮਤਲਬ ਵੀਜ਼ਾਸ ਨਹੀਂ ਆਉਣਾ ਬਟ ਨੋਨ ਐਸਡੀਐਸ ਦੇ ਵਿੱਚ ਵੀ ਨਾ ਕੈਟਾਗਰੀਜ਼ ਬਣ ਚੁੱਕੀਆਂ ਹਨ ਕੈਟਾਗਰੀਜ਼ ਕੀ ਹੈਗੀਆਂ ਕਿ ਪੀਟੀ ਕੀਤੀ ਆ ਤੁਹਾਡੇ 1.5 ਹੈਗੀ ਆ ਜਾਂ ਕੋਈ ਟੌਫਲ ਆ ਜਾਂ ਹੋਮ ਬੇਸਡ ਹੈ ਸਿਕਾ ਡਿਫਰੈਂਟ ਡਿਫਰੈਂਟ ਚੀਜ਼ ਆ ਆਰ 6 ਇਚ ਨੂੰ ਛੱਡਦੀ ਹੈ ਤੇ ਉਹ ਜਿਹੜਾ ਕੀ ਨੋਨ ਐਸ ਇਸ ਵਿੱਚ ਆ ਜਾਂਦਾ ਤੇ ਬਟ ਮੈਂ ਦੁਬਾਰਾ ਦੱਸੂਗਾ ਕਿ 2023 ਦੇ ਵਿੱਚ ਤੇ ਬਿਲਕੁਲ ਮੈਂ ਇੱਕੋ ਹੀ ਚੀਜ਼ ਬੱਚਿਆਂ ਨੂੰ ਕਹਾਂਗਾ ਕਿ ਆਪਣੇ ਸਪਣਿਆਂ ਨਾਲ ਕੰਪਰੋਮਾਈਜ਼ ਨਹੀਂ ਕਰਨਾ ਹਰ ਇੱਕ ਪ੍ਰੋਫਾਈਲ ਦੇ ਨਾਲ ਇੱਕ ਸਮਾਂ ਹੁੰਦਾ ਜਦੋਂ ਉਸ ਸਮੇਂ ਦੇ ਵਿੱਚ ਆਪਾਂ ਫਾਈਲ ਲਾਉਂਦੇ ਤੇ ਵੀਜ਼ਾ ਦੇ ਚਾਂਸਸ ਬੜੇ ਹੁੰਦੇ ਆ ਸਾਡੇ ਕੋਲ ਰੋਜ਼ ਪ੍ਰੋਫਾਈਲਸ ਆਉਂਦੀਆਂ ਰੋਜ਼ ਬੱਚੇ ਉਮੀਦਾਂ ਲੈ ਕੇ ਆਉਂਦੇ ਆ ਕਿ ਜੀ ਹਾਂਜੀ ਤੁਸੀਂ ਇੰਨੇ ਲੋ ਸਕੋਰ ਪੀਟੀ ਦੇ ਵੀਜ਼ਾ ਜਲਵਾਇਆ ਸਾਡਾ ਵੀ ਸ਼ਾਇਦ ਆ ਜਾਵੇ ਬਟਾ ਪੀਟੀ ਤੇ ਮੈਂ ਹਰ ਬੱਚੇ ਨੂੰ ਕਹਿੰਦਾ ਹੁੰਦਾ ਚਾਹੇ ਪੀਟੀ ਹੋਵੇ ਚਾਹੇ ਆਈਐਸ ਹੋਵੇ ਬਟਾ ਕਦੀ ਵੀ ਗਾਰੰਟੀ ਨਹੀਂ ਹੁੰਦੀ ਬਟਾ ਵੀਜ਼ਾ ਸਕਸੈਸ ਰੇਟ ਨਾਲ ਐਸਡੀਐਸ ਦੇ ਵਿੱਚ ਜ਼ਿਆਦਾ ਕਿਉਂ ਦੇਖਿਆ ਜਾਂਦਾ ਕਿਉਂਕਿ ਐਸਡੀਐਸ ਦਾ ਪਹਿਲਾਂ ਹੀ ਫਿਲਟਰ ਹੋ ਜਾਂਦੀ ਹੈ ਨਾ ਫਾਈਲਾਂ ਐਜ਼ੀਐਸ ਦੇ ਵਿੱਚ ਤਾਂ ਪਹਿਲੇ 6 ਇਚ ਹੋ ਗਈ ਇੱਕ ਸਾਲ ਦੀ ਫੀਸ ਦੀ ਜੀਆਈ ਸੀ ਦੀ ਪਹਿਲਾਂ ਹੀ ਫਾਈਲਾਂ ਫਿਲਟਰ ਹੋ ਗਈਆਂ ਹਾਂ ਉੱਤੇ ਡੈਫੀਨਿਟਲੀ ਸਾਨੂੰ ਜਿਹੜਾ ਵੀਜ਼ਾ ਸਕਸੈਸਡ ਜ਼ਿਆਦਾ ਦੇਖਣ ਨੂੰ ਮਿਲਣਾ ਇਹਦਾ ਮਤਲਬ ਇਹ ਨਹੀਂ ਕਿ ਨਾਨਐਜ਼ੀਐਸ ਤੇ ਵੀਜ਼ਾ ਨਹੀਂ ਆਣਗੇ ਇੱਕ ਚੋ 5.5 ਸਟ੍ਰਿਕਟਲੀ ਕਹਾਂਗਾ ਬੇਟਾ ਅਪਲਾਈ ਨਾ ਕਰੋ ਮੁੱਲ ਦੀ ਰਿਫਿਊਜ਼ਲ ਮੈਂ ਤਾਂ ਕਹਾਂਗਾ ਪੈਸੇ ਦੇ ਕੇ ਰਿਫਿਊਜ਼ਲ ਲੈਣ ਵਾਲੀ ਗੱਲ ਆ ਤੇ ਬਿਲਕੁਲ ਸਚਾਈਆਂ ਮਸ਼ਹੂਰੀਆਂ ਆਉਂਦੀਆਂ ਦੇਖਦੇ ਅਸੀਂ ਵੀ ਇੱਕ ਚੋ 5.5 ਦੋ ਚੋ 5.5 ਨਾ ਵੀਜ਼ਾ ਸ਼ਰਤियां ਉਹ ਉਹ ਤੁਹਾਡੇ ਦੇ ਬਟਾ ਤੁਸੀਂ ਉਹ ਰਿਸਕ ਲੈਣਾ ਨਹੀਂ ਲੈਣਾ ਮੈਂ ਦੁਬਾਰਾ ਕਹੂੰਗਾ ਰਿਫਿਊਜ਼ਲ ਫੁੱਲ ਸਟਾਪ ਨਹੀਂ ਬਟ ਹਾਂ ਤੁਹਾਡੀ ਪ੍ਰੋਫਾਈਲ ਨੂੰ ਖਰਾਬ ਜ਼ਰੂਰ ਕਰਦੀ ਆ ਤੇ ਗੱਲ ਬਚੀ ਨਾਨ ਐਸੀਟੇਵਲ ਫਾਈਲ ਲਾਏ ਕੀ ਪੀਟੀ ਵਾਲਾ ਬੱਚਾ ਯੈਸ ਡੈਫੀਨਿਟਲੀ ਤੁਸੀਂ ਟਰਾਈ ਕਰ ਸਕਦੇ ਆ ਪਰ ਪੀਟੀ ਤੇ ਗਲਤੀ ਦੀ ਗੁੰਜਾਇਸ਼ ਬਿਲਕੁਲ ਨਹੀਂ ਹੈਗੀ ਫਾਈਲ ਤੇ ਪੀਟੀ ਤੇ ਇੱਕ ਚੀਜ਼ ਨਾਲ ਬੇਟਾ ਸਮਝ ਕੇ ਚੱਲੋ ਪੀਟੀ ਹੋਈ ਚਾਹੇ ਨਾਨ ਐਸਜੇ ਕੈਟਾਗਰੀ ਆ ਪੀਟੀ ਵਾਲੇ ਬੱਚੇ ਦੀ ਮੈਂ ਗੱਲ ਕਰ ਲੈਂਦਾ ਪੀਟੀ ਕਿਹੜੇ ਬੱਚੇ ਨੇ ਕੀਤੀ ਕਿਉਂਕਿ ਮੈਂ ਤਾਂ ਹਰ ਬੱਚੇ ਨੂੰ ਕਹਿੰਦਾ ਬਟ ਆਲਸ ਕਰ ਸਕਦੇ ਆ ਬਹੁਤ ਸਾਰੇ ਬੱਚੇ ਨੇ ਕੀਤੀ ਫਾਇਦਾ ਵੀ ਆ ਇਹ ਨਹੀਂ ਕਿ ਪੀਟੀ ਦੇ ਵੀਜ਼ਾ ਨਹੀਂ ਕਿਉਂਕਿ ਪੀਟੀ ਦੇ ਕਿਤੇ ਨਾ ਕਿਤੇ ਸਾਨੂੰ ਵੀ ਦੁੱਖ ਲੱਗਦਾ ਹਾਂ ਪੀਟੀ ਤੇ ਰਿਫਿਊਜਲਸ ਆ ਪਿਛਲੇ ਸਮੇਂ ਦੇ ਵਿੱਚ ਥੋੜੀ ਜੀ ਜ਼ਰੂਰ ਵਧੀ ਆ ਵਧੀਆ ਕੇਸਿਸ ਜਿਨ੍ਹਾਂ ਦੇ ਕੋਈ ਕਮੀ ਨਹੀਂ ਸੀਗੀ ਉਹ ਵੀ ਬੱਚੇ ਰਿਫਿਊਜਲ ਲੈਂਦਾ ਸਾਹਮਣਾ ਕਰਨਾ ਪਏ ਬਟ ਪੀਟੀ ਵਾਲੇ ਬੱਚੇ ਜੇਕਰ ਤਾਂ ਹੁਣ ਫਾਈਲ ਤੁਸੀਂ ਲੋਜ ਕਰਨੀ ਆ ਗਲ ਲੋਕੇਸ਼ਨ ਦੇ ਵਿੱਚ ਨਾ ਹੀ ਲੋਕੇਸ਼ਨ ਦੇ ਵਿੱਚ ਤੇ ਨਾ ਹੀ ਆਪਣੀ ਖਾਸ ਤੌਰ ਤੇ ਮੋਸਟ ਇੰਪੋਰਟੈਂਟ ਜਿਹੜੀ ਬੈਕਬੋਨ ਹੈਗੀ ਆ ਤੁਹਾਡੇ ਫਾਈਨੈਂਸ਼ੀਅਲਸ ਦੇ ਵਿੱਚ ਬਿਲਕੁਲ ਕੰਪਰੋਮਾਈਜ਼ ਨਹੀਂ ਚਾਹੀਦਾ ਜਮਾਈ ਕੰਪਰੋਮਾਈਜ਼ ਨਹੀਂ ਚਾਹੀਦਾ ਕਈ ਵਾਰੀ ਕਹਿੰਦੇ ਜੀ ਅਸੀਂ 1.5 ਕਰੋੜ ਦੀ ਆਪਣੀ ਹੈ ਸੀਆਈ ਰਿਪੋਰਟ ਲਾਤੀ ਬੜਾ 1.5 ਕਰੋੜ ਦੀ ਸੀਆਈ ਰਿਪੋਰਟ ਚ ਲਾਇਆ ਕੀ ਆ ਤੁਸੀਂ ਪੈਸੇ ਕਿੰਨੇ ਸ਼ੋਅ ਕਰਾਏ ਆ ਜਿਹੜੇ ਤੁਹਾਡੇ ਸੇਵਿੰਗ ਆ ਤੁਹਾਡੀ ਐਫਡੀ ਆ ਤੇ ਤੁਹਾਡੇ ਜੀਪੀਐਫ ਪੈਨਸ਼ਨਸ ਇਹ ਹੈਗੇ ਆ ਜੇ ਤੁਸੀਂ ਗਵਰਨਮੈਂਟ EMPLOYE ਚੀਜ਼ਾਂ ਜ਼ਰੂਰ ਮੈਟਰ ਕਰਦੀਆਂ ਪੀਟੀ ਹੋਵੇ ਅਲਸੋ ਵੇ ਬੇਟਾ ਗਾਰੰਟੀ ਤੇ ਕਿਤੇ ਵੀ ਹੈ ਨਹੀਂ ਬਟ ਯੈਸ ਮੈਂ ਇੱਕ ਵਾਰੀ ਇਸੇ ਮੱਚ ਤੇ ਦੁਬਾਰਾ ਕਹੂੰਗਾ ਮੈਂ ਨਾ ਨਹੀਂ ਕਰਦਾ ਪੀਟੀ ਨੂੰ ਪਰ ਪੀਟੀ ਵਾਲਾ ਬੱਚਾ ਏ ਚੀਜ਼ ਸੋਚ ਕੇ ਚੱਲੇ ਮੈਂ ਹਾਂ ਕਿਸਮਤ ਅਜ ਮਾਰਿਆ ਮੇਰਾ ਤਾਂ ਹਰ ਬੱਚੇ ਨੂੰ ਇਹ ਸਲਾਹ ਦਿੰਦੀ ਕਿ ਪਤਾ ਹੋਣਾ ਚਾਹੀਦਾ ਕਿ ਮੇਰੀ ਫਾਈਲ ਦੇ ਵਿੱਚ ਕਮੀ ਕਿੱਥੇ ਆ ਮੇਰੀ ਫਾਈਲ ਦੇ ਵਿੱਚ ਕਮੀ ਹੈਗੀ ਆ ਜਾਂ ਨਹੀਂ ਹੈਗੀ ਜੇ ਕਮੀ ਹੈਗੀ ਆ ਤੇ ਪਤਾ ਹੋਣਾ ਚਾਹੀਦਾ ਤੇ ਮੈਂ ਪੀਟੀ ਦੇ ਫਾਈਲ ਆਉਣਾ ਤੇ ਯੈਸ ਇਹ ਚੀਜ਼ ਪਤਾ ਹੋਣੀ ਚਾਹੀਦੀ ਕਿ ਮੈਂ ਆਸ ਨਹੀਂ ਕਰ ਸਕਿਆ ਮੇਰੇ ਆਸ ਤੇ ਬੈਂਡ ਨਹੀਂ ਵਧੇ ਜੇ ਮੇਰੇ ਵਰਗਾ ਬੰਦਾ ਪੈਂਦੀ ਸੱਟੇ ਚੀਜ਼ ਨੋਟ ਕਰ ਸਕਦਾ ਤੇ ਯੈਸ ਵੀਜ਼ਾ ਆਫੀਸਰ ਦੇ ਵੀ ਇਹ ਚੀਜ਼ਾਂ ਨੋਟਿਸ ਨਾਲ ਡਾਰਚ ਹੁੰਦੀਆਂ ਜੋ ਪੀਟੀ ਦੇ ਫਾਈਲ ਲਾਉਣੀ ਆ ਪੀਟੀ ਦਾ ਸਕੋਰ ਵੀ ਬਟਾ 58 60 ਤੋਂ ਘੱਟ ਦਾ ਫਾਈਨਲ ਆਉ ਤੇ ਤੁਸੀਂ ਦੇਖਿਆ ਵੀ ਹੋਣਾ ਸਾਡੀ ਇਨਸਟਾ ਦੇ 52 5253 ਇਕਤਾ 48 ਦੇ ਵੀ ਵੀਜ਼ਾਸ ਆਇਆ ਸੀ ਉਹ ਅੱਜ ਮੈਂ ਦੱਸ ਵੀ ਦਵਾ ਕਿਉਂਕਿ ਉਸ ਵੀਜ਼ਾ ਨੂੰ ਆਏ ਨੂੰ ਮਹੀਨਾ ਖੋ ਚੁੱਕਾ ਹੁਣ ਤੇ ਮੈਂ ਸਪੈਸ਼ਲ ਟੀਮ ਨੂੰ ਕਹਿਆ ਸੀ ਇਹਨੂੰ ਪੋਸਟ ਨਾ ਕਰੀ ਬਟ ਅੱਜ ਵੀ ਨਹੀਂ ਮੈਂ ਕਰੂੰਗਾ ਪੋਸਟ ਬਟ ਮੈਂ ਡਿਸਕਸ਼ਨ ਤਾਂ ਕਰ ਰਹਾ ਕਿਉਂਕਿ ਕਈ ਵਾਰੀ ਹੁੰਦਾ ਇੱਕ ਵੀਜ਼ਾ ਲੱਗ ਗਿਆ ਦੇ ਕੇ ਯਾਰ ਜੇ ਇਹਦਾ ਆ ਸਕਦਾ ਤੇ ਮੇਰਾ ਕਿਉਂ ਨਹੀਂ ਆ ਸਕਦਾ ਉਹ ਬੰਦਾ ਮਿਹਨਤ ਕਰਦਾ ਕਰਦਾ ਟਰੈਕ ਤੋਂ ਥਲੇ ਉਤਰ ਜਾਂਦਾ ਸਿਰਫ ਤਾਂ ਹੀ ਕਰਕੇ ਉਹ ਪੋਸਟ ਦੀ ਸਾਂਝੀ ਕਰਾਈ ਸੀ 52 53 ਤੇ ਤੁਸੀਂ ਡੇਲੀ ਪੋਸਟ ਦੇਖਦੇ ਹੀ ਹੋਣੇ ਕੋਈ ਨਾ ਕੋਈ 3-4 ਦਿਨ PPRA ਨਾਲ ਚੌਣ ਦੇ ਵੀਜ਼ੇ ਨਾਲ ਜਿਹੜੀ ਕੀ ਆ ਪੋਸਟ ਇੰਸਟਾਗ੍ਰam ਤੇ ਪਈ ਜਾਂਦੀ ਆ ਪੈਨਕਲ ਐਜੂਕੇਸ਼ਨ ਦੇ ਚੈਨਲ ਤੇ ਬਟ ਮੈਂ ਦੁਬਾਰਾ ਕਹਾਂਗਾ ਪੀਟੀ ਤੇ ਯੈਸ ਤੱਕਾ ਹੋਇਆ ਪਿਛਲੇ ਸਮੇਂ ਦੇ ਵਿੱਚ ਸੋ ਇਕ ਰਹੀਏ ਸੋਚ ਕੇ ਚੱਲਣਾ ਵਾ ਕਿ ਮੈਂ ਆਪਣੀ ਕਿਸਮਤ ਅਜਮਾ ਰਿਆਂ ਬਟ ਕਈ ਬੱਚੇ ਹੁੰਦੇ ਬਾਰ 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 ਪੀਟੀ ਦੇ ਫਾਇਲ ਜਿਹੜੀਆਂ ਕੀ ਆ ਲਾਂਚ ਕਰਦੇ ਆ ਉਹਨਾਂ ਬੱਚਿਆਂ ਨੂੰ ਮੈਂ ਜ਼ਰੂਰ ਕਹਾਂਗਾ ਕਿਸਮਤ ਅਜਮਾਓ ਇਹ ਵੀ ਨਹੀਂ ਕਿ ਰੋਜ਼ ਹੀ ਆਪਾਂ ਸੇਮ ਉਹੀ ਫਾਇਲਾ ਲਾਈ ਚਾਹੀਏ ਹਫਤੇ ਹਫਤੇ 10 ਦਿਨ ਦੇ ਬਾਅਦ ਬਿਲਕੁਲ ਨਹੀਂ ਇਦਾਂ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਯੈਸ ਕਿੱਥੇ ਰੁਕਣਾ ਕਿੱਥੇ ਆਪਾਂ ਮਿਹਨਤ ਕਰਕੇ ਆਪਣੀ ਫਾਈਲ ਚ ਚੀਜ਼ ਲੈਣਾ ਦਿਨ ਚੇਂਜ ਕਰੋ ਬਟ ਹਾਂ ਬਿਲਕੁਲ ਵੀ ਹਟ ਅ ਇਨੀਸ਼ੀਅਲ ਸਟੇਜ ਦੇ ਨਾਲ ਡਰਨਾ ਨਹੀਂ ਚਾਹੀਦਾ ਹਾਂ ਬਿਲਕੁਲ ਆਪਣੀ ਫਾਈਲ ਆਓ ਫਾਈਨੈਂਸ਼ੀਅਲਸ ਤੇ ਖਾਸ ਤੌਰ ਤੇ ਉਹਦੀਆਂ ਵੀਡੀਓਜ਼ ਇਸੇ ਚੈਨਲ ਤੇ ਹੈਗੀਆਂ ਤੇ ਜਰੂਰ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਆ ਫਾਈਨੈਂਸ਼ੀਅਲਸ ਤੇ ਕਿਦਾਂ ਸਹੀ ਤਰੀਕੇ ਨਾਲ ਤੁਸੀਂ ਆਪਣੀਆਂ ਸੀਏ ਰਿਪੋਰਟ ਫਾਈਨੈਂਸ਼ੀਅਲਸ ਨੂੰ ਜਸਟੀਫਾਈ ਕਰਾਉਣਾ ਜਿਹੜੀ ਕਿ ਮੈਨੂੰ ਪਰਸਨਲੀ ਫੀਲ ਹੁੰਦਾ ਪੀ ਸੀ ਪੀਟੀ ਵਾਲੇ ਬੱਚਿਆਂ ਦੀ ਬੈਕਬੋਨ ਹੈ ਕਿ ਵੀਜ਼ਾ ਆਉਣਾ ਜਾਂ ਨਹੀਂ ਆਉਣਾ ਡਿਸੀਜਨ ਡਿਸਾਈਡ ਕਰਦਾ ਬੱਚੇ ਕਮੈਂਟ ਵੀ ਕਰਦੇ ਆ ਕਿ ਹਾਂਜੀ ਸਾਡਾ ਤਾਂ ਆ ਗਿਆ ਜੀ ਘੱਟ ਬੈਲੈਂਸ ਸੀ ਬੇਟਾ ਉਹਨਾਂ ਬੱਚਿਆਂ ਦੀ ਗੱਲ ਮੈਂ ਕਰੂੰਗਾ ਜਿਨ੍ਹਾਂ ਦਾ ਨਹੀਂ ਆਇਆ ਉਹ ਬੱਚੇ ਬਹੁਤ ਜ਼ਿਆਦਾ ਵਾ ਜਿਹਦਾ ਘੱਟ ਸਕੋਰ ਦੇ ਵਿੱਚ ਘੱਟ ਫੰਡਿੰਗ ਨੇ ਵੀ ਆਇਆ ਬੱਚੇ ਬਹੁਤ ਘੱਟ ਹੈਗੇ ਆ ਸੋ ਡੈਫੀਨੇਟਲੀ ਸਲਾਹ ਉਹ ਲਓ ਜੋ ਤੁਹਾਡੀ ਪ੍ਰੋਫਾਈਲ ਲਈ ਤੁਹਾਡੇ ਫਿਊਚਰ ਲਈ ਜਿਹੜੀ ਕੀ ਆ ਬੈਟਰ ਮੈਂ ਡਿਸਾਈਡ ਕਰੇ ਹੋਰ ਵੀ ਤੁਹਾਡਾ ਡਾਊਟ ਹੈਗਾ पीटी नु लेके बेटा जरूर ਤੁਸੀਂ ਕਾਲ ਕਰੋ ਮੈਂ ਸਮਝ ਸਕਦਾ ਪੀਟੀ ਦੇ ਬੜੀ ਵੱਡੀ ਕਨਫਿਊਜ਼ਨ ਆ ਬਟ ਇਹਦਾ ਮਤਲਬ ਇਹ ਨਹੀਂ ਕਿ ਵੀਜ਼ਾਸ ਨਹੀਂ ਆਉਂਦੇ ਬਟ ਆਪਣੀ ਫਾਈਲ ਤੇ ਮਿਹਨਤ ਕਰਕੇ ਜਰੂਰ ਡਾਊਟ ਕਲੀਅਰ ਕਰਕੇ ਫਾਈਲ ਲਾਓ ਤੇ ਉਮੀਦ ਕਰਨਾ ਨੌਨ ਐਸਜੀਐਸ ਵਾਲੇ ਬੱਚੇ ਪੀਟੀ ਵਾਲੇ ਬੱਚੇ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋਣਗੇ ਚਲੋ ਬਹੁਤ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਕੋਈ ਕਨਫਿਊਜ਼ਨ ਹੈ ਕੋਈ ਕਲੈਰਿਟੀ ਚਾਹੀਦੀ ਹੈ ਤੇ 85578 85578 ਤੇ ਟੈਲੀਫੋਨ ਕਰੋ ਔਰ تیرਤ ਜੀ ਨੂੰ ਨਿੱਜੀ ਤੌਰ ਦੇ ਉੱਤੇ ਜਰੂਰ ਮਿਲੋ ਥੈਂਕ ਯੂ ਸੋ ਮਚ تیرਤ ਜੀ